ऑस्ट्रेलिया ਦੇ ਵਿੱਚ ਇੱਕ ਵਾਰ ਫੇਰ ਤੋਂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਾਰ ਮੰਦਰ ਬ੍ਰਿਸਬੇਨ ਦਾ ਲਕਸ਼ਮੀ ਨਾਰਾਇਣ ਮੰਦਰ ਹੈ, ਜਿੱਥੇ ਖਾਲਿਸਤਾਨੀ ਸਮਰਥਕਾਂ ਨੇ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਰੇ ਲਿਖੇ ਅਤੇ ਮੰਦਰ ਦੀਆਂ ਕੰਧਾਂ ਨੂੰ ਨੁਕਸਾਨ ਵੀ ਪਹੁੰਚਾਇਆ। ਮੰਦਰ ਦੀਆਂ ਕੰਧਾਂ 'ਤੇ ਭਾਰਤ ਮੁਰਦਾਬਾਦ, ਹਿੰਦੁਸਤਾਨ ਮੁਰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਗਏ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਜਿੱਥੇ ਧਾਰਮਿਕ ਸੰਸਥਾਵਾਂ ਨੂੰ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਜਨਵਰੀ ਤੋਂ ਹੁਣ ਤੱਕ 6ਵੀਂ 7ਵੀਂ ਘਟਨਾ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਹੀ ਇਸਕੋਨ ਟੈਂਪਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਨਵਰੀ ਦੇ ਵਿੱਚ ਹੀ ਬ੍ਰਿਸਬਨ ਦੇ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਸ਼ਿਵਾ ਟੈਂਪਲ ਵਿਕਟੋਰੀਆ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਸ ਤੋਂ ਬਾਅਦ ਮਹਾਂਸ਼ਿਵਰਾਤਰੀ ਮੌਕੇ ਮੰਦਰ ਦੇ ਪੁਜਾਰੀ ਨੂੰ ਕਾਲ ਕੀਤੀ ਗਈ, ਜਿੱਥੇ ਉਹਨੂੰ ਧਮਕਾਇਆ ਗਿਆ ਕਿ ਉਹ ਉੱਚੀ ਆਵਾਜ਼ ਦੇ ਵਿੱਚ ਭਜਨ ਕੀਰਤਨ ਨਾ ਕਰਨ। ਇਹ ਵੀ ਖਬਰ ਜਿਹੜੀ ਆ ਸੁਰਖੀਆਂ ਦੇ ਵਿੱਚ ਰਹੀ ਸੀ। ਅਤੇ ਹੁਣ ਬ੍ਰਿਸਬੇਨ 'ਚ ਇੱਕ ਵਾਰੀ ਫੇਰ ਤੋਂ ਲਕਸ਼ਮੀ ਨਾਰਾਇਣ ਮੰਦਰ ਦੀਆਂ ਕੰਧਾਂ ਨੂੰ ਜਿਹੜਾ ਉਹ ਖਾਲਿਸਤਾਨੀ ਸਮਰਥਕਾਂ ਨੇ ਆਪਣਾ ਗੁਬਾਰ ਕੱਢਣ ਲਈ ਵਰਤਿਆ। ਇਸ ਤੋਂ ਪਹਿਲਾਂ ਇਹ ਸਾਰਾ ਨੈਰੇਟਿਵ ਕੈਨੇਡਾ ਵਿੱਚ ਦੇਖਣ ਨੂੰ ਮਿਲਦਾ ਸੀ, ਜਿੱਥੇ ਕੈਨੇਡਾ ਦੇ ਵਿੱਚ ਵੀ ਸਟੂਡੈਂਟਸ ਆਪਸ ਦੇ ਵਿੱਚ ਭਿੜ ਪੈਂਦੇ ਸੀ। ਖਾਲਿਸਤਾਨੀ ਸਮਰਥਕ ਕਹਿ ਲਈਏ ਉਹਨਾਂ ਨੂੰ ਗੁੰਮਰਾਹ ਹੋਏ ਸਟੂਡੈਂਟਸ ਕਹਿ ਲਈਏ ਜਿਨ੍ਹਾਂ ਨੂੰ ਹਾਲੇ ਨਹੀਂ ਪਤਾ। ਦੀਵਾਲੀ ਮੌਕੇ ਵੀ ਅਸੀਂ ਕੈਨੇਡਾ ਦੇ ਵਿੱਚ ਦੇਖਿਆ ਸੀਗਾ ਕਿ ਕਿਵੇਂ ਸਟੂਡੈਂਟਸ ਦੇ ਦੋ ਗੁੱਟ ਆਪਸ 'ਚ ਭਿੜੇ ਸੀ। ਉਸੇ ਦੀ ਤਰਜ਼ 'ਤੇ ਪਿਛਲੇ ਮਹੀਨੇ ਫਰਵਰੀ ਦੇ ਵਿੱਚ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਵਿੱਚ ਵੀ ਬਾਜ਼ਾਰ ਦੇ ਵਿੱਚ ਦੋ ਗੁੱਟ ਆਪਸ 'ਚ ਭਿੜੇ, ਜਿੱਥੇ ਇੱਕ ਦੂਜੇ ਨਾਲ ਉਹਨਾਂ ਨੇ ਡਾਂਗਾ ਸੋਟੀਆਂ ਨਾਲ ਹਮਲਾ ਵੀ ਕੀਤਾ, ਜਿਸ 'ਤੇ ਬਾਅਦ 'ਚੋਂ ਪੁਲਿਸ ਨੇ ਮੁਕੱਦਮਾ ਵੀ ਦਰਜ ਕੀਤਾ। ਉਸ ਵਿੱਚ ਦੋ ਬੰਦਿਆਂ ਨੂੰ ਨਾਮਜ਼ਦ ਵੀ ਕੀਤਾ ਗਿਆ। ਪਰ ਆਸਟ੍ਰੇਲੀਆ ਵਰਗੇ ਸ਼ਾਂਤਮਈ ਮੁਲਕ ਦੇ ਵਿੱਚ ਅਜਿਹੀਆਂ ਘਟਨਾਵਾਂ ਦਾ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਆਸਟ੍ਰੇਲੀਆ ਇੱਕ ਸ਼ਾਂਤਮਈ ਮੁਲਕ ਹੈ। ਉੱਥੇ ਜ਼ਿਆਦਾਤਰ ਭਾਰਤੀ ਜਿਹੜੇ ਗਏ ਹੋਏ ਨੇ ਉਹ ਬਹੁਤੇ ਸਟੂਡੈਂਟ ਵੀਜ਼ਾ ਲੈ ਕੇ ਗਏ ਆ। ਅੱਜ ਤੋਂ 15-20 ਸਾਲ ਪਹਿਲਾਂ ਉਹ ਗਏ, ਉੱਥੇ ਕੜੀ ਮੁਸ਼ਕਤ ਤੋਂ ਬਾਅਦ ਉਹਨਾਂ ਨੇ ਉੱਥੋਂ ਦਾ PR ਸਟੇਟਸ ਹਾਸਲ ਕੀਤਾ ਅਤੇ ਬਾਅਦ 'ਚ ਉਹਨਾਂ ਦਾ PR ਸਟੇਟਸ ਸਿਟੀਜ਼ਨਸ਼ਿਪ ਵਿੱਚ ਤਬਦੀਲ ਹੋਇਆ। ਹੁਣ ਇਹ ਸਭ ਦੇ ਵਿੱਚ ਇਹ ਨੈਰੇਟਿਵ ਜਿਹੜਾ ਖਾਲਿਸਤਾਨ ਦਾ ਉੱਭਰ ਰਿਹਾ, ਇਹ ਆਪਣੇ ਆਪ 'ਚ ਇੱਕ ਚਿੰਤਾ ਦਾ ਵਿਸ਼ਾ ਹੈ। ਔਰ ਖਾਸ ਤੌਰ 'ਤੇ ਜਦੋਂ ਅਸੀਂ ਧਾਰਮਿਕ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਾਂ, ਗੱਲ ਕਰਨੀ ਹੋਵੇ ਉਹਦੇ ਲਈ ਮੰਚ ਬਣੇ ਆ, ਆਪਣੀ ਗੱਲ ਕਹਿਣ ਦਾ ਹਰੇਕ ਨੂੰ ਅਧਿਕਾਰ ਹੈ, ਪਰ ਆਪਣੀ ਗੱਲ ਕਹਿਣ ਲਈ ਦੂਸਰੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ। ਅਜਿਹੀਆਂ ਹਰਕਤਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਆਪਣੀ ਗੱਲ ਕਹਿਣ ਦਾ ਸਾਰਿਆਂ ਨੂੰ ਅਧਿਕਾਰ ਹੈ, ਪਰ ਉਹਦਾ ਇੱਕ ਤੌਰ ਤਰੀਕਾ ਹੁੰਦਾ, ਉਹਦਾ ਇੱਕ ਸਿਵਲਾਈਜ਼ਡ ਵੇ ਹੁੰਦਾ। ਆਸਟ੍ਰੇਲੀਆ ਦੇ ਵਿੱਚ ਮੰਦਰਾਂ ਨੂੰ ਨਿਸ਼ਾਨਾ ਜਿਹੜਾ ਲਗਾਤਾਰ ਬਣਾਇਆ ਜਾ ਰਿਹਾ, ਤਕਰੀਬਨ ਹਰ ਮਹੀਨੇ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ, ਇਹ ਬਹੁਤ ਮੰਦਭਾਗਾ। ਇਹਦੇ ਨਾਲ ਭਾਰਤ ਦਾ, ਖਾਸ ਤੌਰ 'ਤੇ ਭਾਰਤ ਤੋਂ ਜਾਂਦੇ ਸਟੂਡੈਂਟਸ ਦਾ ਜਿਹੜਾ ਅਕਸ ਹੈ ਉਹ ਖਰਾਬ ਹੋਏਗਾ। Subscribe to One India channel and never miss an update.